ਅੱਜ ਸਾਡੇ ਕਮਿਸ਼ਨ ਵੱਲੋਂ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦਾ ਦੌਰਾ ਕੀਤਾ ਗਿਆ ਅਤੇ ਅਸੀਂ ਅਮਰੋਹ ਗਏ ਸੀਗੇ ਅਤੇ ਅੱਜ ਅਸੀਂ ਬਜਟ ਭਵਨ ਆਏ ਹਾਂ ਅਤੇ ਕਈ ਕੰਪਲੇਂਟ ਸੀਗੀਆਂ ਜੋ ਕਿ ਪੂਰੇ ਮੌਕੇ 'ਤੇ ਸ਼ਿਕਾਇਤਕਰਤਾ ਵੀ ਆਏ ਨੇ, ਪ੍ਰਸ਼ਾਸਨ ਵੀ ਸਾਰਾ ਹੈ ਅਤੇ ਮੌਕੇ 'ਤੇ ਨਿਪਟਾਰਾ ਕਰਨ ਦੀ ਪੂਰਨ ਕੋਸ਼ਿਸ਼ ਕੀਤੀ ਗਈ ਹੈ ਅਤੇ ਕਈ ਹੋਈਆਂ ਵੀ ਨੇ, ਕਈਆਂ ਆਲਰੇਡੀ ਫਾਈਲ ਹੋ ਚੁੱਕੀਆਂ ਸੀ, ਉਹਨਾਂ ਦੀ ਰਿਪੋਰਟਾਂ ਲੈਣੀਆਂ ਨੇ ਅਤੇ ਨਾਲ ਹੀ ਕਈ ਕੇਸਿਸ ਇੰਸਟਰਕਸ਼ਨ ਦੇਣਗੇ ਕੰਸਰਨਡ ਆਫਿਸਰਸ ਨੂੰ। ਅਸੀਂ ਕਮਿਸ਼ਨ ਦਫ਼ਤਰ ਪਰਸਨ ਹੈਗੀ 'ਤੇ ਬੁਲਾਇਆ ਗਿਆ ਅਤੇ ਸਾਡੀ ਪੰਜਾਬ ਗਵਰਨਮੈਂਟ ਅਤੇ ਕਮਿਸ਼ਨ ਦੀ ਇਹੀ ਸੋਚ ਹੈ ਕਿ ਲੋਕਾਂ 'ਚ ਵੱਧ ਤੋਂ ਵੱਧ ਜਾ ਕੇ ਜ਼ਿਲ੍ਹਿਆਂ 'ਚ ਜਾ ਕੇ ਅਸੀਂ ਕੰਪਲੇਂਟ ਦਾ ਨਿਪਟਾਰਾ ਕੀਤਾ ਜਾਵੇ ਤਾਂ ਕਿ ਅਤੇ ਨਾ ਹੀ ਜੋ ਐਸੀ ਭਾਈਚਾਰਕ ਸਹੂਲਤਾਂ ਨੇ ਜਾਂ ਉਹਨਾਂ ਦੇ ਰਾਈਟਸ ਨੇ ਉਹਦੇ ਲਈ ਅਵੇਅਰ ਵੀ ਕੀਤਾ ਜਾਵੇ।